ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲਵਪ੍ਰੀਤ ਵਰਮਾ, ਵੇਨਿਓਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਜਗਰਾਉਂ ਤੋਂ। ਅੱਜ ਇੱਕ ਹੋਰ ਵੀਜ਼ਾ ਆਇਆ ਜੀ, ਕੋਮਲ ਸੋਨੀ ਜੋ ਕਿ ਸੁਨਾਮ ਤੋਂ ਨੇ, ਉਹਨਾਂ ਦੇ ਹਸਬੈਂਡ ਦੇ ਨਾਲ ਡੈਨਮਾਰਕ ਦਾ ਵੀਜ਼ਾ। ਅਸੀਂ ਕੋਮਲ ਸੋਨੀ ਜੀ ਦੇ ਹਸਬੈਂਡ ਨੂੰ ਪੁੱਛਾਂਗੇ, ਲਵਦੀਪ ਜੀ ਨੂੰ, ਕਿ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਕਿਵੇਂ ਐਕਸਪੀਰੀਅੰਸ ਹੈ ਲਵਦੀਪ? ਸਰ, ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਵੇਨਿਓਰ ਇੰਗਲਿਸ਼ ਦੇ ਨਾਲ, ਸਪੈਸ਼ਲੀ ਲਵਪ੍ਰੀਤ ਸਰ ਨਾਲ। ਈਵਨ ਕਿ ਅਗਰ ਸਾਨੂੰ ਕਿਤੇ ਪਰਸਨਲੀ ਵੀ, ਯਾਨੀ ਕਿ ਫੰਡਸ ਦੇ ਰਿਲੇਟਡ ਵੀ ਸਾਨੂੰ ਕਦੇ ਕੋਈ ਪ੍ਰੋਬਲਮ ਆਈ, ਤਾਂ ਈਵਨ ਕਿ ਉਸ ਦੇ ਰਿਲੇਟਡ ਵੀ ਇਹਨਾਂ ਨੇ ਸਾਡੀ ਹੈਲਪ ਕੀਤੀ ਹੈ। ਅਦਰ ਕੰਸਲਟੈਂਟ ਦੀ ਤਰ੍ਹਾਂ ਨਹੀਂ ਹੈ ਕਿ 6 ਵਜੇ ਤੋਂ ਬਾਅਦ ਕੋਈ ਕਾਲ ਨਹੀਂ ਪਿੱਕ ਕਰਨੀ, ਇਹਨਾਂ ਨੂੰ ਰਾਤ ਨੂੰ 12-12 ਵਜੇ ਵੀ ਫੋਨ ਕਰ ਲੈਂਦੇ, ਤਾਂ ਵੀ ਈਵਨ ਕਿ ਸਾਡੀ ਕਾਲ ਪਿੱਕ ਹੁੰਦੀ ਸੀ। ਅਤੇ ਸਰ, ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸਿਸਟ ਕਰਨਾ, ਸੋ ਇਟ ਇਜ਼ ਆਲਵੇਜ਼ ਏ ਪ੍ਰਾਇਰਟੀ ਕੀ, ਹੈ ਨਾ? ਸੋ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਜਿਵੇਂ ਪ੍ਰੋਸੈਸ ਆਪਣਾ ਚੱਲਿਆ, ਸਮੂਥ ਰਿਹਾ ਪ੍ਰੋਸੈਸ ਸਾਰਾ? ਸਰ, ਇਹ ਬਹੁਤ ਵਧੀਆ ਐਕਸਪੀਰੀਅੰਸ ਸੀਗਾ। ਅਤੇ ਈਵਨ ਕਿ ਸਾਨੂੰ ਕਦੇ ਇਹ ਵੀ ਨਹੀਂ ਹੋਇਆ ਕਿ ਸਾਨੂੰ ਕੋਈ ਫੋਲੋ ਅਪ ਦੇ ਰਿਗਾਰਡਿੰਗ ਕੋਈ ਸਾਨੂੰ ਕੋਈ ਮੁਸ਼ਕਿਲ ਆਈ ਹੋਵੇ। ਪੇਮੈਂਟ ਕਾਲ ਤਾਂ ਨਹੀਂ ਆਈ ਕਿ ਸਾਨੂੰ? ਨਹੀਂ, ਪੇਮੈਂਟ ਕਾਲ ਕਦੇ ਨਹੀਂ ਆਈ ਅਦਰ ਕੰਸਲਟੈਂਟ ਦੀ ਤਰ੍ਹਾਂ ਕਿ ਤੁਸੀਂ ਸਾਨੂੰ ਅੱਜ 50,000 ਦੇ ਦਿਓ, ਸਾਨੂੰ ਅੱਜ 80,000 ਦੇ ਦਿਓ, ਈਵਨ ਕਿ ਅਸੀਂ ਤਾਂ ਅੱਜ ਵੀ ਕੁਛ ਨਹੀਂ ਦੇ ਕੇ ਜਾ ਰਹੇ ਜੀ। ਸੋ ਦੇਖੋ, ਇਹੀ ਚੀਜ਼ ਹੁੰਦੀ ਹੈਗੀ ਹੈ ਮੇਨ, ਕਿ ਪੰਜਾਬ 'ਚ ਇੰਨਾ ਫਰੋਡ ਹੈਗਾ ਅੱਜ ਦੇ ਟਾਈਮ 'ਚ ਆਪਾਂ ਦੇਖ ਰਹੇ ਹਾਂ। ਫਰੋਡ ਕੋ ਦੇਖਦੇ ਹੋਏ ਇਹ ਵੈਰੀ ਬਹੁਤ ਹੀ ਟ੍ਰਾਂਸਪੇਰੈਂਟ ਰਹਾ ਹਮਾਰਾ ਸਫ਼ਰ, ਔਰ ਹਮੇ ਕੋਈ ਫੋਲੋ ਅਪ ਵੀ ਲੈਣਾ ਨਹੀਂ ਪੜਾ ਇਸ ਟਾਈਮ ਮੇ, ਸਾਰਾ ਹਮੇ ਟਾਈਮ ਟੂ ਟਾਈਮ ਫਾਈਨਲੀ ਵੀ ਗਾਟ ਦਾ ਵੀਜ਼ਾ ਨਾ। ਮੈਨੀ ਮੈਨੀ ਥੈਂਕ ਯੂ ਸਰ, ਕੰਗ੍ਰੈਚੁਲੇਸ਼ਨਸ, ਬਹੁਤ ਤਰੱਕੀਆਂ ਕਰੋ। ਸੋ ਜਿਹੜੇ ਵੀ ਸਟੂਡੈਂਟਸ ਆ, ਉਹਨਾਂ ਦੇ ਪੇਰੈਂਟਸ ਸੋਚ ਰਹੇ ਨੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਜਾਂ ਸਪਾਊਸ ਨਾਲ ਜਾਣਾ ਚਾਹੁੰਦੇ ਹੋ, ਅਗਰ ਤੁਹਾਡੀ 12th ਕੀਤੀ ਹੈ, ਸਟਿਲ ਤੁਸੀਂ ਡੈਨਮਾਰਕ ਆਪਣੇ ਸਪਾਊਸ ਦੇ ਨਾਲ, ਬੱਚਿਆਂ ਦੇ ਨਾਲ ਜਾ ਸਕਦੇ ਹੋ ਸੇਮ ਡੇ ਸੇਮ ਫਲਾਈਟ। ਸੋ ਯੂ ਕੈਨ ਕੰਟੈਕਟ ਵੇਨਿਓਰ ਇੰਗਲਿਸ਼ ਐਟ ਰਾਏਕੋਟ ਰੋਡ ਓਪੋਜ਼ਿਟ ਸੋਨਾਲੀਕਾ ਟਰੈਕਟਰ ਏਜੰਸੀ ਜਗਰਾਉਂ, ਔਰ ਯੂ ਕੈਨ ਡਾਇਰੈਕਟਲੀ ਕਾਲ ਮੀ ਐਟ 7973160270। ਥੈਂਕ ਯੂ।